ਅੱਜਕੱਲ ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਟਰੂ ਪ੍ਰੋਮੋਸ਼ਨ ਚੈਨਲ ਤੇ। ਸੋ ਅਸੀਂ ਅੱਜ ਬਹੁਤ ਹੀ ਸਪੈਸ਼ਲ ਗੈਸਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ, ਸਿਟੀ ਇੰਸਟੀਟਿਊਟ ਡੀਨ ਸਟੂਡੈਂਟ ਅਫੇਅਰ ਮਿਸਟਰ ਦਵਿੰਦਰ ਸਿੰਘ ਜੀ। ਸੋ ਦਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਜੋਤ ਭਾਅ ਜੀ ਅਤੇ ਟਰੂ ਪ੍ਰੋਮੋਸ਼ਨ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਇਹਨਾਂ ਤੋਂ ਪੁੱਛਾਂਗੇ ਕੁਛ ਇਹਨਾਂ ਦੀ ਲਾਈਫ ਦਾ ਐਕਸਪੀਰੀਅੰਸ, ਅੱਜ ਦੀ ਡੇਟ ਦੇ ਵਿੱਚ ਇਹ ਕੀ ਐਕਟੀਵਿਟੀਜ਼ ਕਰ ਰਹੇ ਨੇ ਸਿਟੀ ਇੰਸਟੀਟਿਊਟ ਦੇ ਵਿੱਚ ਜਾਂ ਇਹਨਾਂ ਦੀ ਪਰਸਨਲ ਲਾਈਫ। ਆਪਾਂ ਆਓ ਜਾਣਦੇ ਹਾਂ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੈ। ਸੋ ਸਭ ਤੋਂ ਪਹਿਲੇ ਤਾਂ ਮੈਂ ਆਪ ਜੀ ਤੋਂ ਪੁੱਛਾਂਗਾ ਕਿ ਆਪ ਜੀ ਦੀ ਸਟੱਡੀ ਜਿਹੜੀ ਕੁਆਲੀਫਿਕੇਸ਼ਨ ਕਿੱਥੋਂ ਸ਼ੁਰੂ ਹੋਈ? ਸਰ ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ, ਸਭ ਤੋਂ ਪਹਿਲੇ ਸਕੂਲਿੰਗ ਮੇਰੀ ਏਅਰਫੋਰਸ ਸਕੂਲ ਤੋਂ, ਕਿਉਂਕਿ ਡੈਡ ਡਿਫੈਂਸ ਸੀਗੇ। ਅਤੇ ਆਫਟਰ ਦੈਟ ਮੇਰੀ ਬੀਟੈਕ ਅਤੇ ਐਮ ਟੈਕ ਜਿਹੜੀ ਹੈ ਉਹ ਡੀਵੀਟ ਤੋਂ ਹੈ। ਡੀਵੀਟ ਕਾਲਜ ਜਲੰਧਰ ਜੀ? ਡੀਵੀਟ ਜਲੰਧਰ ਕਾਲਜ ਜਲੰਧਰ। ਓਕੇ, ਅਤੇ ਕਿਹੜੀ ਸਟੱਡੀ ਆਪਾਂ? ਸਰ ਮੈਂ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਬੀਟੈਕ ਅਤੇ ਐਮ ਟੈਕ ਦੋਵੇਂ ਮਕੈਨੀਕਲ ਦੇ ਵਿੱਚ। ਓਕੇ, ਤੁਸੀਂ ਜਲੰਧਰ ਦੇ ਵਿੱਚ ਹੀ ਆਪਣੀ ਸਟੱਡੀ ਕੰਪਲੀਟ ਕੀਤੀ? ਜੀ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਮੇਰੀ ਜਲੰਧਰ 'ਚ। ਓਕੇ, ਉਹਦੇ ਨਾਲ ਨਾਲ ਕੀ ਐਕਟੀਵਿਟੀਜ਼ ਸੀਗੀਆਂ ਤੁਹਾਡੀਆਂ ਕਾਲਜ ਟਾਈਮ ਦੇ ਉੱਤੇ? ਕਾਲਜ ਟਾਈਮ 'ਚ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਐਕਟੀਵਿਟੀਜ਼ ਜਿਹੜੀ ਹੈ ਮੈਂ ਭੰਗੜੇ ਨਾਲ ਜੁੜਿਆ ਹੋਇਆ ਸੀਗਾ। ਜੀ ਜੀ, ਅਤੇ ਕਾਲਜ ਭੰਗੜਾ ਟੀਮ ਦੇ ਵਿੱਚ ਆਪਾਂ ਲਗਾਤਾਰ ਪਰਫੋਰਮ ਕੀਤਾ ਹੈ, ਜਿਹਦੇ ਵਿੱਚ ਆਪਾਂ ਜ਼ੋਨਲ ਇੰਟਰ ਜ਼ੋਨਲ ਜ਼ੋਨਲ ਗੋਲਡ ਮੈਡਲਿਸਟ ਹੋ ਗਏ। ਜੀ, ਪੜ੍ਹਾਈ ਦੇ ਵਿੱਚ ਦਵਿੰਦਰ ਸਿੰਘ ਜੀ ਕਿੱਦਾਂ ਦੇ ਸੀਗੇ? ਪੜ੍ਹਾਈ ਦੇ ਵਿੱਚ ਵਧੀਆ ਸੀਗਾ ਜੀ, ਮੇਰਾ ਇੰਟਰਸਟ ਸ਼ੁਰੂ ਤੋਂ ਇੰਜੀਨੀਅਰਿੰਗ 'ਚ ਸੀਗਾ ਜੀ, ਅਤੇ ਮਤਲਬ ਭੰਗੜੇ ਕਰਕੇ ਕਈ ਵਾਰ ਲੋਕਾਂ ਦੇ ਇੱਕ ਦਿਮਾਗ 'ਚ ਗੱਲ ਹੁੰਦੀ ਹੈ ਕਿ ਇਹ ਭੰਗੜੇ ਵਾਲੇ ਆ, ਇਹ ਪੜ੍ਹਦੇ ਨਹੀਂ ਹੋਣੇ, ਬਟ ਇੱਦਾਂ ਦੀ ਗੱਲ ਨਹੀਂ ਸੀ। ਆਪਾਂ ਪੜ੍ਹਾਈ ਦੇ ਵਿੱਚ ਵੀ ਪੂਰਾ ਧਿਆਨ ਦੇਈਦਾ ਸੀਗਾ, ਅਤੇ ਜਦੋਂ ਕਰੀਕੁਲਰ ਕੋ ਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਹੁੰਦੇ ਤਾਂ ਉਹਦੇ ਵਿੱਚ ਵੀ ਆਪਣਾ ਪੂਰੀ ਚੀਜ਼ ਜਾਣਦਾ ਤਾਂ। ਮੈਂ ਇਸੇ ਕਰਕੇ ਇਹ ਸਵਾਲ ਤੁਹਾਡੇ ਕੋਲ ਪੁੱਛਿਆ ਕਿਉਂਕਿ ਜਿਹੜੇ ਖੇਡਾਂ ਦੇ ਨਾਲ ਜਾਂ ਭੰਗੜੇ ਦੇ ਨਾਲ ਜਿਹੜੇ ਜ਼ਿਆਦਾ ਅਟੈਚ ਹੁੰਦੇ ਨੇ ਉਹ ਪੜ੍ਹਾਈ ਦੇ ਵਿੱਚ ਥੋੜ੍ਹੇ ਜਿਹੇ ਆਪਾਂ ਕਹਿ ਲਈਏ ਕਿ ਵੀ, ਇਸੇ ਕਰਕੇ ਮੈਂ ਪੁੱਛਿਆ ਕਿ ਆਪ ਜੀ ਸਟੱਡੀ ਦੇ ਵਿੱਚ। ਨਹੀਂ ਜੀ, ਦੇਖੋ ਮੈਂ ਜਿਹੜੀ ਮੇਰੀ ਇੱਕ ਸੋਚ ਹੈਗੀ ਹੈ ਕਿ ਜੇ ਆਪਣੀ ਲਾਈਫ 'ਚ ਡਿਸਿਪਲਿਨ ਹੈਗਾ ਆ ਜੀ, ਬਿਲਕੁਲ, ਅਤੇ ਆਪਾਂ ਚਾਹੇ ਉਹ ਕਲਚਰਲ ਐਕਟੀਵਿਟੀਜ਼ ਹੋਣ, ਚਾਹੇ ਸਾਡੀ ਪੜ੍ਹਾਈ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਕੋਈ ਕੰਮ ਹੋਵੇ, ਜਿਹਦੇ ਜੇ ਆਪਾਂ ਡਿਸਿਪਲਿਨ ਨਾਲ ਕਰਦੇ ਹਾਂ ਤਾਂ ਆਪਾਂ ਉਹਦੇ ਵਿੱਚ ਸਕਸੈਸ ਆਪਾਂ ਜ਼ਰੂਰ ਮਿਲੂਗੇ। ਸੋ ਕਾਲਜ 'ਚ ਤੁਸੀਂ ਸਿਰਫ ਭੰਗੜੇ ਦੇ ਵਿੱਚ ਸੀ ਜਾਂ ਹੋਰ ਵੀ ਕੋਈ ਐਕਟੀਵਿਟੀਜ਼ ਕਰਦੇ ਸੀਗੇ? ਸਰ ਭੰਗੜੇ ਦੇ ਨਾਲ ਨਾਲ ਕੋਈ ਵੀ ਹੋਰ ਵੀ ਕੋ ਕਰੀਕੁਲਰ ਐਕਟੀਵਿਟੀ ਸਪੋਰਟਸ ਦੇ ਵਿੱਚ ਵੀ ਮੈਂ ਐਕਟਿਵ ਰਿਹਾ, ਕ੍ਰਿਕਟ ਖੇਡਦਾ ਰਿਹਾ ਹਾਂ। ਕ੍ਰਿਕਟ ਖੇਡ? ਜੀ, ਕ੍ਰਿਕਟ ਖੇਡਦਾ ਰਿਹਾ। ਅਤੇ ਫੈਮਿਲੀ ਵਿੱਚ ਤੁਹਾਨੂੰ ਕਿੱਦਾਂ ਦਾ ਸਪੋਰਟ ਸੀਗਾ? ਸਰ ਫੈਮਿਲੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਫੈਮਿਲੀ ਡਿਫੈਂਸ ਪਰਸਨ ਸੀਗੇ ਡੈਡ ਜੀ ਜੀ, ਅਤੇ ਉਹਦੇ ਕਰਕੇ ਡੈਡੀ ਹੁਣਾਂ ਵੱਲੋਂ ਸਾਨੂੰ ਫੁੱਲ ਸਪੋਰਟ ਰਹੀ ਹੈ, ਕਿਉਂਕਿ ਉਹਨਾਂ ਦਾ ਮੰਨਣਾ ਸੀਗਾ ਕਿ ਸਟੱਡੀ ਤਾਂ ਜ਼ਰੂਰੀ ਹੈ ਹੀ ਹੈ, ਬਟ ਜੇ ਪਰਸਨੈਲਿਟੀ ਨੂੰ ਆਪਾਂ ਡਿਵੈਲਪ ਕਰਨਾ ਹੈ, ਆਪਾਂ ਕੁਛ ਅੱਗੇ ਵਧਣਾ ਹੈ, ਤਾਂ ਸਾਡੀ ਲਾਈਫ ਦੇ ਵਿੱਚ ਕਲਚਰ ਐਕਟੀਵਿਟੀਜ਼ ਜਾਂ ਕੋ ਕਰਿਕੁਲਰ ਜਾਂ ਸਪੋਰਟਸ ਦੇ ਵਿੱਚ ਸਾਨੂੰ ਪਾਰਟੀਸਪੇਟ ਕਰਨਾ ਹੀ ਚਾਹੀਦਾ ਜੀ। ਇਹ ਅੱਜ ਦੇ ਯੂਥ ਨੂੰ ਵੀ ਇਹ ਬਹੁਤ ਅੱਛਾ ਮੈਸੇਜ ਸਰ ਵੱਲੋਂ ਦਿੱਤਾ ਜਾ ਰਿਹਾ ਕਿ ਤੁਸੀਂ ਪੜ੍ਹਾਈ ਦੇ ਵਿੱਚ ਤਾਂ ਤੁਸੀਂ ਕਰਨਾ ਹੀ ਕਰਨਾ, ਲੇਕਿਨ ਆਪਣੀ ਐਕਟੀਵਿਟੀ ਜ਼ਰੂਰ ਰੱਖੋ, ਚਾਹੇ ਉਹ ਸਪੋਰਟਸ ਹੋਵੇ ਚਾਹੇ ਉਹ ਕੁਛ ਵੀ ਹੋਵੇ। ਬਟ ਮੈਂ ਸਰ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ ਕਿ ਅੱਜ ਦੀ ਯੂਥ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਦੂਰ ਜਾ ਰਹੀ ਹੈ? ਸਰ ਦੂਰ ਜਾ ਰਹੀ ਹੈ, ਬਟ ਜਿੱਦਾਂ ਹੁਣ ਤੁਸੀਂ, ਤੁਹਾਨੂੰ ਮੈਂ ਦੱਸਦਾ ਜੀ, ਮੈਂ ਇੱਥੇ ਐਜ਼ ਏ ਡੀਨ ਸਟੂਡੈਂਟ ਅਫੇਅਰ ਹਾਂ, ਆਪਾਂ ਕੋਸ਼ਿਸ਼ ਕਰੀਦੀ ਆ ਜੀ ਕਿ ਸਟੂਡੈਂਟਸ ਲਈ ਕੋਈ ਨਾ ਕੋਈ ਇੱਦਾਂ ਦਾ ਪਲੇਟਫਾਰਮ ਲੈ ਕੇ ਆਈਏ, ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਹਰ ਸਟੂਡੈਂਟ ਦੇ ਵਿੱਚ, ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ ਹੈ, ਅਤੇ ਬੀਇੰਗ ਅ ਸਟੂਡੈਂਟ ਅਫੇਅਰ ਮੇਰਾ ਇਹ ਕੰਮ ਹੈ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਜਾਵੇ। ਹਰ ਕੋਈ ਬੱਚਾ ਜਾਂ ਹਰ ਕੋਈ ਸਟੂਡੈਂਟ ਕੁਛ ਨਾ ਕੁਛ ਪਰਫੋਰਮ ਕਰਨਾ ਚਾਹੁੰਦਾ ਹੈ, ਕੋਈ ਸਿੰਗਿੰਗ ਦੇ ਵਿੱਚ ਵਧੀਆ ਆ, ਕੋਈ ਡਾਂਸ ਦੇ ਵਿੱਚ ਵਧੀਆ ਆ, ਹੁਣ ਕੋਈ ਸਟੂਡੈਂਟ ਜਿਹੜਾ ਸਟੱਡੀਜ਼ 'ਚ ਵਧੀਆ ਆ, ਕਈਆਂ ਦਾ ਇੰਟਰਸਟ ਸਟੱਡੀਜ਼ 'ਚ ਹੁੰਦਾ, ਉਹਨਾਂ ਲਈ ਵੀ ਆਪਾਂ ਇੱਕ ਪਲੇਟਫਾਰਮ ਤਿਆਰ ਕਰਦੇ ਹਾਂ। ਲਿਟਰੇਰੀ ਇਵੈਂਟਸ ਹੁੰਦੇ ਆ ਸਾਡੇ ਯੂਥ ਫੈਸਟੀਵਲ ਦੇ, ਡਿਬੇਟ ਹੋ ਗਿਆ, ਫਿਰ ਐਲੋਕਿਊਸ਼ਨ ਹੋ ਗਈ, ਅਤੇ ਜਿਹੜੇ ਬੱਚੇ ਸਟੱਡੀ ਦੇ ਨਾਲ ਨਾਲ ਕੋਈ ਐਕਸਟਰਾ ਕਰੀਕੁਲਰ ਐਕਟੀਵਿਟੀ ਕਰਨਾ ਚਾਹੁੰਦੇ ਆ, ਕੋਈ ਬੱਚਾ ਸਪੀਚ ਬਹੁਤ ਵਧੀਆ ਦਿੰਦਾ ਹੈ, ਕੋਈ ਐਂਕਰਿੰਗ ਬਹੁਤ ਵਧੀਆ ਕਰਦਾ ਹੈ, ਉਹਨਾਂ ਦੇ ਟੈਲੈਂਟ ਹੈ, ਉਹ ਟੈਲੈਂਟ ਨੂੰ ਆਪਾਂ ਬੱਚੇ ਨੂੰ ਜੋੜ ਕੇ ਰੱਖਣਾ, ਸੋ ਦੈਟ ਕਿ ਉਹਦਾ ਓਵਰਆਲ ਪਰਸਨੈਲਿਟੀ ਡਿਵੈਲਪ ਹੋਵੇ। ਜੀ ਜੀ ਜੀ, ਬਹੁਤ ਵਧੀਆ ਸੋਚ ਹੈ ਜੀ। ਸੋ ਤੁਸੀਂ ਇਸ ਕਾਲਜ ਦੇ ਵਿੱਚ ਕਿੰਨੀ ਦੇਰ ਤੋਂ? ਸਰ ਮੈਂ 2009 'ਚ ਜੁਆਇਨ ਕੀਤਾ ਸੀਗਾ। ਓਕੇ, ਅਤੇ ਆਲਮੋਸਟ 12 ਈਅਰਸ ਹੋ ਗਏ ਜੀ। 12 ਜੀ। ਸੋ ਤੁਸੀਂ ਕਿਹੜੇ ਸਬਜੈਕਟ ਨੂੰ ਬੱਚਿਆਂ ਨੂੰ? ਸਟਾਰਟਿੰਗ ਦੇ ਵਿੱਚ ਮੈਂ ਮਕੈਨੀਕਲ ਇੰਜੀਨੀਅਰਿੰਗ ਦੀ ਇੱਥੇ ਐਜ਼ ਅ ਪ੍ਰੋਫੈਸਰ ਕੰਮ ਕਰਦਾ ਰਿਹਾ ਜੀ। ਜੀ, ਅਤੇ ਉਹਦੇ ਬਾਅਦ ਫਿਰ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਉਹ ਜਿਹੜੀ ਚੀਜ਼ ਦਾ ਤੁਹਾਨੂੰ ਸ਼ੌਂਕ ਹੁੰਦਾ ਆ ਜੀ, ਉਹ ਤੁਹਾਡੇ ਨਾਲ ਕਿਤੇ ਨਾ ਕਿਤੇ ਰੱਬ ਪਰਮਾਤਮਾ ਤੁਹਾਨੂੰ ਜੋੜ ਹੀ ਦਿੰਦਾ ਆ। ਜੀ ਜੀ ਜੀ। ਅਤੇ 2012 ਦੇ ਵਿੱਚ ਯੂਥ ਫੈਸਟੀਵਲ ਹੋਸਟ ਕੀਤਾ ਜੀ ਆਪਾਂ ਸਿਟੀ ਇੰਸਟੀਚਿਊਟ ਦੇ ਵਿੱਚ ਜੀ, ਅਤੇ ਜਿਹੜਾ ਟੈਲੈਂਟ ਸਾਡੇ 'ਚ ਸੀਗਾ
ਉਹ ਕਲਚਰਲ ਐਕਟੀਵਿਟੀਜ਼ ਦੇ ਵਿੱਚ ਮੇਰਾ ਝੁਕਾਅ ਤਾਂ ਪਹਿਲੇ ਸੀਗਾ ਜੀ ਬਿਲਕੁਲ, ਤੇ ਉਦੋਂ ਤੋਂ ਫਿਰ ਆਪਾਂ ਕਲਚਰਲ ਐਕਟੀਵਿਟੀਜ਼ ਨਾਲ ਵੀ ਜੁੜਿਆ ਤੇ ਆਫਟਰ ਦੈਟ ਫਿਰ ਮੈਂ ਕੋਰਸ ਵਿੱਚ ਫਿਰ ਮਤਲਬ ਤਕਰੀਬਨ ਤੁਸੀਂ ਸਾਰੇ ਇਵੈਂਟ ਜਿੰਨੇ ਵੀ ਹੈ ਤੁਹਾਡੇ ਅੰਦਰ ਜੀ ਹਾਂ ਜੀ ਇੰਸਟੀਟਿਊਟ ਦੇ ਜਿਹੜੇ ਤੁਹਾਡੇ ਅੰਦਰ ਜੀ ਜੀ ਹਾਂ ਕੋਈ ਵੀ ਇਵੈਂਟ ਚਾਹੇ ਉਹ ਕਲਚਰਲ ਐਕਟੀਵਿਟੀਜ਼ ਹੈ ਕੋਈ ਵੀ ਇਵੈਂਟ ਹੈ ਉਹ ਸਾਰੇ ਆਪਾਂ ਹੀ ਹੋਣਗੇ ਬੱਚਿਆਂ ਦੇ ਮਨ ਦੇ ਵਿੱਚ ਕਿੱਦਾਂ ਦਾ ਉਤਸ਼ਾਹ ਤੁਹਾਨੂੰ ਲੱਗਦਾ ਕਿ ਹੈਗਾ ਇਸ ਚੀਜ਼ ਨੂੰ ਲੈ ਕੇ ਸਰ ਸਟੂਡੈਂਟਸ ਮਤਲਬ ਆਪਾਂ ਵੈਸੇ ਤਾਂ ਬਹੁਤ ਇਵੈਂਟਸ ਕਰਾਈ ਦੇ ਆ ਜੀ ਜੋ ਸਾਡੇ ਇੱਕ ਸਾਡੇ ਕਰੀਕੁਲਮ ਦਾ ਪਾਰਟ ਵੀ ਹੈ ਵੀ ਸਾਡੇ ਵਿੱਚ ਹੋਣੇ ਚਾਹੀਦਾ ਹੈ ਜੀ ਸਾਡਾ ਕਾਲਜ ਜਿਹੜਾ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਐਫੀਲੇਟਿਡ ਹੈ ਉਹਦੇ ਵਿੱਚ ਹੁੰਦਾ ਹੈ ਕਿ ਯੂਥ ਫੈਸਟੀਵਲਸ ਹੁੰਦੇ ਆ ਜੀ ਬਟ ਆਪਾਂ ਫਿਰ ਵੀ ਈਵਨ ਕਾਲਜ ਦੇ ਸਟੂਡੈਂਟਸ ਲਈ ਨਹੀਂ ਰੀਸੈਂਟਲੀ ਆਪਾਂ 2-3 ਸਾਲਾਂ ਤੋਂ ਇੱਕ ਨਵੀਂ ਪਲੇਟਫਾਰਮ ਜਿਹੜਾ ਸਟਾਰਟ ਕੀਤਾ ਹੈ ਓਪਨ ਫੋਰ ਆਲ ਕੋਈ ਵੀ ਬੰਦਾ ਸਾਡੇ ਜਿਹੜੇ ਆਪਾਂ ਈਵੈਂਟਸ ਕਰਾਉਂਦੇ ਹਾਂ ਉਹਦੇ ਵਿੱਚ ਪਾਰਟੀਸਪੇਟ ਕਰ ਸਕਦਾ ਫੋਰ ਐਗਜ਼ਾਮਪਲ ਆਪਾਂ 2018 ਚ ਸਟਾਰਟ ਕੀਤਾ ਜਲੰਧਰ ਡਾਂਸਿੰਗ ਸਟਾਰ ਜੀ ਜਿਹਦੇ ਵਿੱਚ ਸਾਡੇ ਕੋਲ ਪੂਰੇ ਨਾਰਥ ਇੰਡੀਆ ਦੇ ਵਿੱਚੋਂ ਪਾਰਟੀਸਪੇਸ਼ਨ ਆਈ ਸਾਡੇ ਇਹਦੇ ਇਸੇ ਜਗ੍ਹਾ ਤੇ ਹਾਂਜੀ ਇਸੇ ਜਗ੍ਹਾ ਤੇ ਸਾਡੇ ਇੱਥੇ ਬਹੁਤ ਵਧੀਆ ਇੱਕ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਹੈ ਜੋ ਕਿ ਨਾਰਥ ਇੰਡੀਆ ਦੇ ਵਿੱਚ ਵਨ ਆਫ ਦਾ ਬੈਸਟ ਆਡੀਟੋਰੀਅਮ ਹੈ ਜੀ ਤੇ ਉਹ ਕਾਲਜ ਹੀ ਇੱਕ ਆਪਣਾ ਪਲੇਟਫਾਰਮ ਹੀ ਇੱਦਾਂ ਦਾ ਬਣ ਜਾਂਦਾ ਹੈ ਕਿ ਤੁਹਾਡਾ ਪਰਫਾਰਮ ਕਰਨ ਨੂੰ ਆਪਣੇ ਆਪ ਤੁਹਾਡੇ ਨਾਲ ਬੰਦੇ ਜੁੜ ਜਾਂਦੇ ਹੈ ਸੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਇੰਸਟੀਟਿਊਟ ਦੇ ਨਾਲ ਸੇਵਾ ਸੰਭਾਲ ਰਹੇ ਜੀ ਜੀ ਸੋ ਦਵਿੰਦਰ ਸਿੰਘ ਜੀ ਕਿਹੋ ਜਿਹਾ ਟੈਲੈਂਟ ਤੁਹਾਨੂੰ ਲੱਗਦਾ ਕਿ ਜਾਂ ਆ ਚੁੱਕਿਆ ਜਾਂ ਆਉਣ ਵਾਲਾ ਅਪਕਮਿੰਗ ਤੁਹਾਨੂੰ ਕਿੱਦਾਂ ਦਾ ਟੈਲੈਂਟ ਲੱਗਦਾ ਕਿ ਕਾਲਜ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੇਨਲੀ ਕਿਸ ਤਰ੍ਹਾਂ ਦਾ ਟੈਲੈਂਟ ਤੁਸੀਂ ਦੇਖਦੇ ਹੋ ਕਿ ਬੱਚਿਆਂ ਦੇ ਵਿੱਚ ਹੈਗਾ ਹੈ ਸਰ ਟੈਲੈਂਟ ਤੇ ਪੰਜਾਬ ਤੇ ਬੱਚਿਆਂ ਦੀ ਗੱਲ ਕਰੀਏ ਪੰਜਾਬ ਤੇ ਜਿਹੜੇ ਜਦੋਂ ਆਪਾਂ ਨਾਮ ਲੈ ਲੈਂਦੇ ਪੰਜਾਬ ਜਾਂ ਪੰਜਾਬੀਅਤ ਤੇ ਉਹ ਟੈਲੈਂਟ ਦੀ ਗੱਲ ਨਾ ਹੀ ਕਰੀਏ ਤੇ ਵਧੀਆ ਹੈ ਕਿਉਂਕਿ ਟੈਲੈਂਟਡ ਹੀ ਹੁੰਦੇ ਨੇ ਪੰਜਾਬੀ ਜੀ ਬਿਲਕੁਲ ਪੰਜਾਬੀ ਕੋਈ ਵੀ ਉਹ 'ਚ ਕੋਈ ਨਾ ਕੋਈ ਟੈਲੈਂਟ ਹੈਗਾ ਹੀ ਜ਼ਰੂਰ ਹੁੰਦਾ ਹੈ ਬਸ ਪਛਾਣਨ ਦੀ ਲੋੜ ਹੈ ਜੀ ਤੇ ਇਹੀ ਗੱਲ ਕਹੂੰਗਾ ਜੀ ਸੋ ਜੇ ਆਪਾਂ ਤੁਹਾਡੇ ਟਾਈਮ ਦੀ ਗੱਲ ਕਰੀਏ ਕਿ ਤੁਸੀਂ ਜਿੱਦਾਂ ਦੱਸਦੇ ਸੀ ਕਿ ਭੰਗੜਾ ਤੁਸੀਂ ਬਹੁਤ ਜੀ ਕਰਦੇ ਰਹੇ ਕਾਲਜ ਦੇ ਵਿੱਚ ਉਸ ਟਾਈਮ ਦੀ ਗੱਲ ਕਰੀਏ ਤੇ ਅੱਜ ਦੇ ਟਾਈਮ ਦੀ ਗੱਲ ਕਰੀਏ ਤੁਹਾਨੂੰ ਕੀ ਫਰਕ ਲੱਗਦਾ ਹੈ ਦੋਵਾਂ ਸਮਿਆਂ ਦੇ ਵਿੱਚ ਸਰ ਫਰਕ ਦੀ ਗੱਲ ਕਰੀਏ ਤੇ ਜੋ ਭੰਗੜਾ ਹੈ ਭੰਗੜਾ ਤੇ ਭੰਗੜਾ ਹੀ ਹੈ ਜੀ ਬਿਲਕੁਲ ਪਰ ਇਹ ਜੋ ਮੈਨੂੰ ਥੋੜ੍ਹਾ ਜਿਹਾ ਫੀਲ ਹੁੰਦਾ ਹੈ ਇਹ ਹੁੰਦਾ ਹੈ ਕਿ ਹੁਣ ਅੱਜ ਦੇ ਭੰਗੜੇ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਕ੍ਰੀਏਟੀਵਿਟੀ ਜ਼ਿਆਦਾ ਹੈ ਕ੍ਰੀਏਟੀਵਿਟੀ ਆਉਣੀ ਵੀ ਚਾਹੀਦੀ ਹੈ ਬਟ ਜਿਹੜਾ ਸਾਡਾ ਮੂਲ ਆ ਜੋ ਸਾਡਾ ਬੇਸਿਕਸ ਆ ਆਪਾਂ ਨੂੰ ਉਹ ਨਹੀਂ ਛੱਡਣਾ ਚਾਹੀਦਾ ਕ੍ਰੀਏਟੀਵਿਟੀ ਇਨੋਵੇਸ਼ਨ ਆਉਣੀ ਚਾਹੀਦੀ ਆ ਇਹ ਇੱਕ ਸਮੇਂ ਦੀ ਮੰਗ ਹੁੰਦੀ ਆ ਜੀ ਤੇ ਚੇਂਜਿਸ ਆਉਣੇ ਚਾਹੀਦੇ ਆ ਬਟ ਬੇਸਿਕਸ ਨੂੰ ਨਾਲ ਜੋੜ ਕੇ ਜੋ ਸਾਡੇ ਪਿੱਛੋਂ ਚੱਲਦੀ ਆ ਰਹੀ ਹੈ ਚੀਜ਼ ਉਹ ਜੁੜਿਆ ਰਹੇ ਅਤੇ ਕ੍ਰੀਏਟੀਵਿਟੀ ਇਨੋਵੇਸ਼ਨ ਨਾਲ ਚੱਲਦੀ ਰਹੇ ਤੋ ਪੁੱਛਾਂਗੇ ਜੀ ਤੁਸੀਂ ਭੰਗੜੇ ਦੀ ਟ੍ਰੇਨਿੰਗ ਜਾਂ ਤੁਹਾਡੇ ਉਸਤਾਦ ਭੰਗੜੇ ਦੇ ਵਿੱਚ ਕਿਹੜੇ ਸਨ ਸਰ ਮੈਂ 2004 ਦੇ ਵਿੱਚ ਸਟਾਰਟ ਕੀਤਾ ਭੰਗੜਾ ਪਹਿਲੇ ਤਾਂ ਚਲੋ ਉਦੋਂ ਤੱਕ ਘਰ ਦੇ ਵਿੱਚ ਜੋ ਥੋੜ੍ਹਾ ਬਹੁਤ ਆਉਂਦਾ ਸੀ ਬਟ ਜਿਹੜੇ ਮੇਰੇ ਕੋਚ ਨੇ ਉਹ ਸਰਦਾਰ ਨੀਤੀ ਰਾਜ ਸਿੰਘ ਚੇਰਮਨ ਜੀ ਜੀ ਜੋ ਕਿ DAV ਕਾਲਜ ਜਲੰਧਰ ਦੇ ਵਿੱਚ ਵੀ ਐਜ਼ ਏ ਕੋਚ ਜੀ ਕਾਫੀ ਟਾਈਮ ਤੋਂ ਸੇਵਾਵਾਂ ਨਿਭਾ ਰਹੇ ਨੇ ਉਹ ਸਾਡੇ ਕੋਚ ਨੇ ਜੀ ਸਾਡੇ ਵੱਡੇ ਭਰਾ ਵੀ ਨੇ ਜੀ ਸੋ ਤੁਸੀਂ ਭੰਗੜੇ ਦੇ ਨਾਲ ਨਾਲ ਕਿਹੋ ਜਿਹੇ ਗੁਣ ਉਹਨਾਂ ਕੋਲ ਹੋਰ ਵੀ ਕਿਉਂਕਿ ਮੈਂ ਜਿਸ ਤੱਕ ਮੈਂ ਸੁਣਿਆ ਨੀਤੀ ਰਾਜ ਜੀ ਬਾਰੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਜੀ 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 ਇੱਕ ਭੰਗੜੇ ਕਰਕੇ ਨਹੀਂ ਇੱਕ ਰੁਤਬਾ ਜੀ ਬਹੁਤ ਵੱਡਾ ਸੋ ਤੁਸੀਂ ਉਹਨਾਂ ਦੇ ਕੋਲ ਇਹੋ ਜਿਹੀ ਕਿਹੜੀਆਂ ਐਸੀਆਂ ਚੀਜ਼ਾਂ ਹੋਰ ਭੰਗੜੇ ਤੋਂ ਇਲਾਵਾ ਜਿਹੜੀਆਂ ਸਿੱਖੀਆਂ ਸਰ ਤੁਸੀਂ ਉਹ ਕੁਐਸਚਨ ਤੁਸੀਂ ਆਪਣੇ ਆਪ ਹੀ ਪੁੱਛ ਲਿਆ ਜਿਹੜੀ ਮੈਂ ਇਹ ਗੱਲ ਹੋਰ ਕਰਨ ਲੱਗਿਆ ਸੀ ਜੀ ਭਾਜੀ ਜੀ ਹੋਣਾ ਤਾਂ ਆਪਾਂ ਉਹਨੂੰ ਭਾਜੀ ਕਹਿੰਦੇ ਜੀ ਅਤੇ ਹੁਣ ਫੈਮਿਲੀ ਮੈਂਬਰ ਦੇ ਨਾਲ ਵਾਂਗੂ ਐਸਾ ਦੇ ਬਿਲਕੁਲ ਅਤੇ ਉਹਨਾਂ ਤੋਂ ਆਪਾਂ ਇਕੱਲਾ ਭੰਗੜਾ ਨਹੀਂ ਸਿੱਖਿਆ ਭੰਗੜਾ ਤਾਂ ਚਲੋ ਇੱਕ ਆਪਾਂ ਬੀਂਗ ਉਹ ਸਾਡੇ ਕੋਚ ਸੀਗੇ ਤਾਂ ਆਪਾਂ ਭੰਗੜਾ ਸਿੱਖਿਆ ਬਟ ਲਾਈਫ ਦੇ ਵਿੱਚ ਆਪਾਂ ਕਿੱਦਾਂ ਜੋੜਨਾ ਆ ਜੀ ਜੀ ਕਿੱਦਾਂ ਰਿਲੇਸ਼ਨਸ ਨੂੰ ਮੇਨਟੇਨ ਕਰਨਾ ਰਿਲੇਸ਼ਨਸ ਕਿੱਦਾਂ ਬਣਾਉਣੇ ਆ ਮਤਲਬ ਤੁਸੀਂ ਲਾ ਲਓ ਵੀ ਲਾਈਫ ਨੂੰ ਕਿੱਦਾਂ ਆਪਾਂ ਅੱਗੇ ਵਧਣਾ ਆ ਉਹ ਸਾਡੇ ਲਈ ਇੰਸਪੀਰੇਸ਼ਨ ਨੇ ਇਕੱਲੇ ਮੇਰੇ ਲਈ ਨਹੀਂ ਉਹਨਾਂ ਨਾਲ ਜੁੜੇ ਹੋਰ ਵੀ ਜਿੰਨੇ ਵੀ ਸਾਡੇ ਛੋਟੇ ਭਰਾ ਵੱਡੇ ਭਰਾ ਉਹ ਸਾਰੇ ਲਈ ਇੱਕ ਇੰਸਪੀਰੇਸ਼ਨ ਨੇ ਜੀ ਜੀ ਬਹੁਤ ਵਧੀਆ ਗੱਲ ਹੈ ਜੀ ਸੋ ਅਸੀਂ ਉਸ ਮੁਕਾਮ ਨੂੰ ਜਿੱਦਾਂ ਭੰਗੜੇ ਦੀ ਆਪਾਂ ਇਹ ਗੱਲ ਕਰੀਏ ਆਪਾਂ ਉਸ ਚੀਜ਼ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਕੀ ਕੁਛ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਸਰ ਜਿੱਦਾਂ ਹੁਣ ਤੁਸੀਂ ਚਲੋ ਜ਼ਿਕਰ ਕੀਤਾ ਸਰਦਾਰ ਨੀਤੀ ਰਾਜ ਸ਼ੇਰਗਿੱਲ ਭਾਜੀ ਹੋਣਾਂ ਦਾ ਭਾਜੀ ਹੋਣਾਂ ਨਾਲ ਰਲ ਕੇ ਆਪਾਂ ਇੱਕ ਸੰਸਥਾ ਬਣਾਈ ਹੋਈ ਜੀ ਸੁਰਤਾਲ ਸੱਭਿਆਚਾਰਕ ਸੰਸਥਾ ਜੀ ਜੀ ਜੋ ਕਿ ਪਿਛਲੇ ਅਰਾਊਂਡ 17-18 ਸਾਲਾਂ ਤੋਂ ਐਕਟਿਵ ਹੈ ਜੋ ਕਿ ਆਪਾਂ ਜਲੰਧਰ ਦੇ ਵਿੱਚ ਇੱਕ ਕੈਂਪ ਲਾਈਦਾ ਸਮਰ ਕੈਂਪ ਸਮਰ ਕੈਂਪ ਜੀ ਸਮਰ ਕੈਂਪ ਲਾਈਦਾ ਜਿਹਦੇ ਵਿੱਚ ਹਰ ਸਾਲ ਸਾਡੇ ਨਾਲ ਕੋਈ 500 ਬੋਇਜ਼ ਅਤੇ ਅਰਾਊਂਡ 200-300 ਗਰਲਸ ਜਿਹੜੀਆਂ ਆ ਉਹ ਆਪਾਂ ਇੱਕ ਕੈਂਪ ਲਾਈਦਾ ਜਿਹਦੇ ਵਿੱਚ ਉਹ 15 ਦਿਨ ਦਾ ਕੈਂਪ ਹੁੰਦਾ ਹੈ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਉਹ ਛੁੱਟੀਆਂ ਦੇ ਵਿੱਚ ਲਾਇਆ ਜਾਵੇ ਸਟੂਡੈਂਟਸ ਜਿਹਦੇ ਵਿੱਚ ਸਾਡੇ ਕੋਲ 5 ਸਾਲ ਤੋਂ ਲੈ ਕੇ ਅਤੇ 60 ਸਾਲ ਤੱਕ ਦੀ ਏਜ ਦੇ ਜੀ ਜੀ ਗੱਭਰੂ ਅਤੇ ਮੁਟਿਆਰਾਂ
ਮੈਂ 60 ਸਾਲ ਦੇ ਬੰਦੇ ਨੂੰ ਵੀ ਗੱਭਰੂ ਹੀ ਕਹੂੰਗਾ, ਜਿਹੜਾ ਬੰਦਾ ਭੰਗੜਾ ਪਾ ਰਿਹਾ ਉਹ ਗੱਭਰੂ ਹੀ ਹੈ ਜੀ। ਬਿਲਕੁਲ ਜੀ, ਤੇ ਉਹ ਸਾਡੇ ਨਾਲ ਜੁੜੇ ਹੋਏ ਨੇ ਜੀ 5 ਸਾਲ। ਜ਼ਿਕਰ ਕੀਤਾ ਉੱਥੇ ਹੀ ਕੀਤਾ ਜੀ। ਸੋ ਕਿਹੋ ਜਿਹਾ ਸਪੋਰਟ ਮਿਲਦਾ ਇਸ ਚੀਜ਼ ਨੂੰ ਲੈ ਕੇ? ਸਰ ਸਪੋਰਟ ਤੇ ਇੱਦਾਂ ਦੀ ਹੁੰਦੀ ਹੈ ਕਿ ਆਪਾਂ ਸਿਰਫ 3 ਦਿਨ ਲਈ ਰਜਿਸਟ੍ਰੇਸ਼ਨ ਖੋਲ੍ਹੀ ਦੀ ਹੈ ਜੀ। ਜੇ ਮੰਨ ਲਓ 15 ਤਰੀਕ ਨੂੰ ਸਟਾਰਟ ਕਰਨਾ ਤੇ ਆਪਾਂ 12th ਨੂੰ ਸਟਾਰਟ ਕਰਦੇ ਰਜਿਸਟ੍ਰੇਸ਼ਨ ਜੀ, ਤੇ ਆਪਾਂ ਨੂੰ ਰਜਿਸਟ੍ਰੇਸ਼ਨ ਕਲੋਜ਼ ਕਰਨੀ ਪੈਂਦੀ ਹੈ ਕਿਉਂਕਿ ਸਾਡੇ ਕੋਲ ਟੀਮ ਵਧੀਆ ਵੱਡੀ ਟੀਮ ਆ ਸਾਡੇ ਕੋਲ, ਬਟ ਫਿਰ ਵੀ ਸਾਡੇ ਕੋਲ ਇੰਨਾ ਜਿੰਨੇ ਲੋਕ ਭੰਗੜਾ ਸਿੱਖਣਾ ਚਾਹੁੰਦੇ ਨੇ ਜੁੜਨਾ ਚਾਹੁੰਦੇ ਨੇ ਆਪਣੇ ਲਈ, ਸਾਡੇ ਕੰਟਰੋਲ ਕਰਨਾ ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਫਿਰ ਆਪਾਂ ਇਸ ਸਪੋਰਟ ਇਹੀ ਹੈ ਜੀ, ਪੂਰੇ ਸ਼ਹਿਰ ਦੀ ਸਪੋਰਟ ਆ, ਬਟ ਆਪਾਂ ਕੋਸ਼ਿਸ਼ ਕਰਦੀ ਜਿੰਨੇ ਮੈਕਸੀਮਮ ਨੂੰ ਆਪਾਂ ਰਜਿਸਟਰ ਕਰ ਸਕਦੇ ਹਾਂ ਉਹ ਕਰੀਦਾ ਜੀ। ਸੋ ਬੜੀ ਵੱਡੀ ਇਹ ਵੀ ਇੱਕ ਚੀਜ਼ ਹੈ ਕਿ ਭੰਗੜਾ ਪੰਜਾਬ ਦੀ ਸ਼ਾਨ ਮੰਨੀ ਜਾਂਦੀ ਹੈ। ਸੋ ਭੰਗੜੇ ਨੂੰ ਲੈ ਕੇ ਆਪਾਂ ਜੇ ਗੱਲ ਕਰੀਏ, ਇੱਕ ਤੇ ਪੰਜਾਬ ਦੀ ਸ਼ਾਨ ਮੰਨੀ ਗਈ ਕਿ ਪੰਜਾਬ ਦਾ ਇੱਕ ਸੱਭਿਆਚਾਰ ਜੋ ਲੋਕ ਨਾਚ ਜਿਹਨੂੰ ਅਸੀਂ ਕਹਿ ਲਈਏ, ਦੂਸਰੀ ਚੀਜ਼ ਹੈ ਕਿ ਭੰਗੜਾ ਪਾਉਣ ਨਾਲ ਤੁਹਾਨੂੰ ਵੀ ਲੱਗਦਾ ਕਿ ਫਿੱਟ ਰਹਿੰਦਾ। ਬਿਲਕੁਲ ਬਿਲਕੁਲ, ਕਈ ਤਰ੍ਹਾਂ ਦੇ ਐਸੀਆਂ ਬਾਡੀ ਦੇ ਵਿੱਚ ਐਕਸਰਸਾਈਜ਼ ਵੀ ਆਪਾਂ ਕਰ ਸਕਦੇ ਹਾਂ। ਬੈਸਟ ਐਕਸਰਸਾਈਜ਼ ਹੈ ਜੇ ਆਪਾਂ ਗੱਲ ਕਰੀਏ, ਜਿਹੜਾ ਬੰਦਾ ਭੰਗੜਾ ਪਾ ਰਿਹਾ ਹੈ ਉਹਨੂੰ ਐਕਸਰਸਾਈਜ਼ ਦੀ ਲੋੜ ਨਹੀਂ ਹੈ, ਲੋੜ ਨਹੀਂ ਹੈ ਜੀ। ਉਹ ਮਤਲਬ ਤੁਹਾਡਾ ਬਾਡੀ ਦਾ ਹਰ ਪਾਰਟ ਜਿਹਨੂੰ ਜਿਹੜਾ ਨਾ ਉਹ ਐਕਟਿਵ ਹੋ ਜਾਂਦਾ ਜਦੋਂ ਭੰਗੜਾ ਪਾਉਂਦਾ। ਬਾਕੀ ਜਦੋਂ ਭੰਗੜਾ ਪਾਈਦਾ ਉਹ ਖੁਸ਼ੀ ਦਾ ਇਜ਼ਹਾਰ ਤੇ ਆਪਣੇ ਆਪ ਹੀ ਉਹ ਦਿਲੋਂ ਹੋਣਾ ਸ਼ੁਰੂ ਹੋ ਜਾਂਦਾ ਹੈ। ਐਕਚੁਅਲੀ ਅੱਜ ਦੀ ਡੇਟ ਦੇ ਵਿੱਚ ਸਾਰੇ ਸਟ੍ਰੈਸ ਡਿਪਰੈਸ਼ਨ ਦੇ ਵਿੱਚ ਜਿੱਦਾਂ ਜਾ ਰਹੇ ਨੇ, ਚਾਹੇ ਉਹ ਵਰਕ ਲੋਡ ਹੈ ਜਾਂ ਕੁਛ ਵੀ ਹੈ, ਬਟ ਸਾਨੂੰ ਕਮ ਸੇ ਕਮ 15 ਦਿਨ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਕੈਂਪ ਲਾਉਂਦੇ ਹਾਂ। ਸੋ ਤੁਸੀਂ ਸਾਰੇ ਜਾਣੇ ਜਲੰਧਰ ਦੇ, ਪੰਜਾਬ ਦੇ ਜਿੰਨੇ ਵੀ ਵਿਊਅਰਸ ਦੇਖ ਰਹੇ ਨੇ, ਉਹ ਇਹਨਾਂ ਦੇ ਨਾਲ ਸੰਸਥਾ ਦੇ ਨਾਲ ਜੁੜੋ ਅਤੇ ਜਿਹੜੀ ਇਹ ਸੇਵਾ ਕਰ ਰਹੇ ਨੇ ਕਿ ਫਰੀ ਆਫ ਕੋਸਟ, ਕਿਉਂਕਿ ਸਾਨੂੰ ਵੀ ਚਾਹੀਦਾ ਕਿ 15 ਕੁ ਦਿਨ ਅਸੀਂ ਵੀ ਖੁਸ਼ ਹੋਈਏ, ਹੈ ਨਾ। ਮਤਲਬ ਜਿੰਨੀ ਸਟ੍ਰੈਸ ਹੈ ਸਾਡੀ ਉਹ ਲਾਈਫ ਦੇ ਨਾਲ। ਬਿਲਕੁਲ, ਹੁਣ ਕੋਵਿਡ ਚੱਲ ਰਿਹਾ ਜੀ, ਹੁਣ ਤਾਂ ਰੀਸੈਂਟਲੀ ਆਪਾਂ ਇੱਕ ਹੁਣ ਹੋਰ ਇੱਕ ਔਨਲਾਈਨ ਭੰਗੜਾ ਕੰਪੀਟੀਸ਼ਨ ਕਰਾਉਣ ਲੱਗੇ ਹਾਂ, ਤੁਹਾਨੂੰ ਮੈਂ ਦੱਸ ਹੀ ਦਿੰਦਾ ਜੀ, ਜੋ ਕਿ ਇਹਦੀ ਰਜਿਸਟ੍ਰੇਸ਼ਨ ਸਟਾਰਟ ਹੋ ਜਾਣੀ ਹੈ। ਹੁਣ ਕੋਵਿਡ ਕਰਕੇ ਕੁਛ ਚੀਜ਼ਾਂ ਆਪਾਂ ਫਿਜ਼ੀਕਲ ਨਹੀਂ ਕਰਾ ਸਕਦੇ ਜੀ, ਬਿਲਕੁਲ, ਅਤੇ ਉਹਦੇ ਲਈ ਹੁਣ ਆਪਾਂ ਔਨਲਾਈਨ ਭੰਗੜਾ ਕੰਪੀਟੀਸ਼ਨ ਜਸਟ ਅੱਜ ਜਾਂ ਕੱਲ੍ਹ ਦੇ ਵਿੱਚ ਆਪਾਂ ਅਨਾਊਂਸ ਕਰ ਦੇਣਾ ਜੀ, ਜਿਹਦੇ ਵਿੱਚ ਲਾਸਟ ਈਅਰ ਵੀ ਆਪਾਂ ਕਰਾਇਆ, ਵਰਲਡ ਵਾਈਡ ਸਾਡੇ ਕੋਲ ਉਹਦੀਆਂ ਐਂਟਰੀਜ਼ ਆਈਆਂ। ਇਸ ਵਾਰ ਵੀ ਉਮੀਦ ਕਰਦੇ ਹਾਂ ਕਿ ਸਾਡੇ ਕੋਲ ਐਂਟਰੀਜ਼। ਕਿਸ ਕਿਸ ਨਾਮ ਤੋਂ ਕਰਾਉਂਦੇ ਹੋ ਜੀ? ਸਰ ਉਹ ਲਾਸਟ ਵਰਲਡ ਔਨਲਾਈਨ ਵਰਲਡ ਵਾਈਡ ਔਨਲਾਈਨ ਭੰਗੜਾ ਜੀ। ਲਾਹਾ ਲਓ ਜਿਹੜਾ ਕਿ ਸਟੂਡੈਂਟਸ ਦਾ ਹੀ ਹੈ ਜਾਂ ਹੋਰ ਵੀ? ਸਰ ਇਹਦੇ ਵਿੱਚ ਕੋਈ ਵੀ ਪਾਰਟੀਸਪੇਟ ਕਰ ਸਕਦਾ। ਆਪਾਂ ਇਹਦੇ ਵਿੱਚ 3 ਏਜ ਕੈਟੇਗਰੀਜ਼ ਰੱਖੀਆਂ ਜੋ ਕਿ 6 ਤੋਂ 12 ਹੈ, 12 ਤੋਂ 18 ਸਾਲ ਅਤੇ 18+। 18+ 18 ਸਾਲ ਦਾ ਵੀ ਹੋ ਸਕਦਾ ਅਤੇ 50 ਸਾਲ ਦਾ ਵੀ ਹੋ ਸਕਦਾ। ਸਿਰਫ ਭੰਗੜਾ ਜਾਂ ਹੋਰ ਇਹ ਆਪਾਂ ਜਿਹੜਾ ਇਹ ਪਾਰਟੀਕੁਲਰ ਹੈ, ਇਹਨੂੰ ਆਪਾਂ ਸਿਰਫ ਫੋਕ ਨੂੰ ਪ੍ਰਮੋਟ ਕਰਨ ਲਈ ਭੰਗੜੇ ਵੀ ਕਰ ਰਹੇ ਹਾਂ। ਅੱਗੇ ਫਰਦਰ ਸਾਡੇ ਕੋਲ ਸਿੰਗਿੰਗ ਕੰਪੀਟੀਸ਼ਨ ਵੀ ਹੈਗਾ, ਡਾਂਸ ਕੰਪੀਟੀਸ਼ਨ ਵੀ ਹੈਗਾ, ਜਿਹਦੇ 'ਚ ਵੱਖਰੇ ਵੱਖਰੇ ਡਾਂਸ ਫੋਰਮ ਵੀ ਹੋ ਸਕਦੇ ਉਹ ਟਾਈਮ ਦੇ ਨਾਲ। ਕਿਉਂਕਿ ਆਪਾਂ ਹੁਣ ਜੋ ਇਸ ਟਾਈਮ ਮਾਹੌਲ ਆ ਉਹ ਲੱਗ ਰਿਹਾ ਕੋਵਿਡ ਦਾ, ਜਿੰਨਾ ਹੁਣ ਕੇਸਿਸ ਵੱਧ ਰਿਹਾ ਅਤੇ ਆਪਾਂ ਥੋੜ੍ਹਾ ਔਨਲਾਈਨ ਵਾਲੇ ਵਾਲੇ ਪਾਸੇ ਹੀ ਜਾ ਰਹੇ ਜੀ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਕਲਚਰਲ ਐਕਟੀਵਿਟੀਜ਼ ਜਿੰਨੀ ਵੀ ਇਹ ਤੁਹਾਡੇ ਅੰਡਰ ਇਸ ਕਾਲਜ ਦੀ ਜਾਂ ਇੰਸਟੀਟਿਊਟ ਦੀ, ਹੋਰ ਕਿਹੜੇ ਕਿਹੜੇ ਬੱਚੇ ਜਿਹੜੇ ਤੁਹਾਨੂੰ ਲੱਗਦਾ ਕਿ ਆਪਣੇ ਟੈਲੈਂਟ ਨੂੰ ਦਿਖਾ ਸਕੇ ਲੋਕਾਂ ਨੂੰ? ਸਰ ਸਾਡੇ ਕੋਲ ਇੱਥੇ ਕਈ ਸਟੂਡੈਂਟਸ ਇੱਦਾਂ ਦੇ ਜਿਹੜੇ ਜ਼ੋਨਲ ਇੰਟਰ ਜ਼ੋਨਲ PTU ਦੇ ਯੂਥ ਫੈਸਟੀਵਲ ਦੇ ਵਿੱਚ ਗੋਲਡ ਮੈਡਲਿਸਟ ਨੇ। ਸਾਡੀ ਭੰਗੜਾ ਟੀਮ ਲਗਾਤਾਰ 5 ਸਾਲ ਗੋਲਡ ਮੈਡਲਿਸਟ ਲਈ ਹੈ, ਜੋ ਕਿ ਇੱਕ ਰਿਕਾਰਡ ਆ ਜ਼ੋਨਲ ਯੂਥ ਫੈਸਟੀਵਲ ਦੇ ਵਿੱਚ, ਅਤੇ 3 ਸਾਲ ਲਗਾਤਾਰ ਇੰਟਰ ਜ਼ੋਨਲ ਵੀ ਜਿੱਤੇ ਹੈ ਜੀ। ਫਿਰ ਉਹਦੇ ਬਾਅਦ ਸਾਡੀ ਵੈਸਟਰਨ ਡਾਂਸ ਦੀ ਟੀਮ ਜਿਹੜੀ ਹੈ, ਵੈਸਟਰਨ ਸੌਂਗ ਦੀ ਟੀਮ ਜਿਹੜੀ ਹੈ, ਉਹ ਵੀ ਲਗਾਤਾਰ 5 ਸਾਲ ਗੋਲਡ ਮੈਡਲਿਸਟ ਰਹੀ ਹੈ ਜੀ। ਸਾਡੇ ਕਈ ਬੱਚੇ ਨੈਸ਼ਨਲ ਇੰਟਰਵਰਸਿਟੀ ਅਤੇ ਨੈਸ਼ਨਲ ਯੂਥ ਫੈਸਟੀਵਲ ਦੇ ਵਿੱਚ ਵੀ ਪਾਰਟੀਸਪੇਟ ਵੀ ਕੀਤਾ ਹੈ ਅਤੇ ਵਿਨਰ ਵੀ ਰਹੇ ਨੇ। ਕੁਝ ਸਾਡੇ ਬੱਚੇ ਹੁਣ ਜਿੱਦਾਂ ਕੁਛ ਸਾਡੇ ਯੂਥ ਫੈਸਟੀਵਲ ਵਾਲੇ ਬੱਚੇ ਸੀਗੇ, ਉਹਨਾਂ ਨੇ ਸਿੰਗਿੰਗ ਨੂੰ ਪ੍ਰੋਫੈਸ਼ਨ ਬਣਾ ਲਿਆ ਜੀ ਜੀ। ਕੁਝ ਸਾਡੇ ਐਕਟਿੰਗ ਵਾਲੇ ਬੱਚੇ ਸੀਗੇ, ਐਕਟਿੰਗ ਕਰਦੇ ਸੀਗੇ, ਉਹ ਸਾਡੇ ਫਿਲਮ ਇੰਡਸਟਰੀ ਵਾਲੇ ਪਾਸੇ ਵਿੱਚ ਲੈ ਗਏ।
मतलब कि काफी सारे बच्चे जेड़े जी इस इंस्टीट्यूट तो निकल के अलस्ता बिल्कुल हां जी पढ़ चुके बिल्कुल बिल्कुल अपनी अपनी फील्ड्स ਦੇ ਵਿੱਚ ਕੰਮ ਕਰ ਰਹੇ ਜੀ ਜੀ ਬਹੁਤ ਬਹੁਤ ਵੱਡੀ ਗੱਲ ਹੈ ਜੀ ਸੋ ਤੁਹਾਨੂੰ ਜਵਿੰਦਰ ਜੀ ਇਸ ਚੀਜ਼ ਨੂੰ ਲੈ ਕੇ ਹੋਰ ਉਤਸ਼ਾਹ ਕਰਨ ਵਾਸਤੇ ਕਿਹੜੇ ਕਿਹੜੇ ਬੱਚੇ ਆ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਦੱਸਣਾ ਚਾਹੀਦਾ ਕਿ ਸਾਡੇ ਇਸ ਇੰਸਟੀਟਿਊਟ ਦੇ ਵਿੱਚ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਕਿ ਜਿਹੜੇ ਬੱਚੇ ਸਿੱਖਣਾ ਚਾਹੁੰਣ ਉਹ ਆ ਕੇ ਇਸ ਇੰਸਟੀਟਿਊਟ 'ਚ ਸਿੱਖ ਸਕਦੇ ਨੇ ਸਰ ਐਕਟੀਵਿਟੀਜ਼ ਆਪਾਂ ਸਪੋਰਟਸ ਹੋ ਗਿਆ ਚਾਹੇ ਸਪੋਰਟਸ ਹਰ ਗੇਮ ਹੈ ਜੀ ਸਾਡੇ ਕੋਲ ਸਵਿਮਿੰਗ ਤੋਂ ਲੈ ਕੇ ਕ੍ਰਿਕਟ ਸਾਰਾ ਆਪਾਂ ਪ੍ਰਮੋਟ ਕਰੀਦਾ ਅਤੇ ਕਲਚਰ ਐਕਟੀਵਿਟੀਜ਼ ਦੀ ਗੱਲ ਕਰੀਏ ਤਾਂ ਸਾਡੇ ਕੋਲ ਸਰ ਫੋਕ ਡਾਂਸਿੰਗ ਹੈਗੇ ਆ ਥੀਏਟਰ ਟੀਮ ਹੈਗੀ ਆ ਸਰ ਸਾਡੇ ਕੋਲ ਫਿਰ ਮਿਊਜ਼ਿਕ ਸਾਡੇ ਕੋਲ ਇੱਕ ਸਪੈਸ਼ਲੀ ਇੱਕ ਸਿਟੀ ਮਿਊਜ਼ੀਕਲ ਸੁਸਾਇਟੀ ਬਣਾਈ ਹੋਈ ਹੈ ਜਿਹਦੇ ਵਿੱਚ ਸਾਡੇ ਆਪਣੇ ਸਟੂਡੈਂਟਸ ਜਿਹੜੇ ਇੱਥੋਂ ਦੇ ਇੰਡੀਅਨ ਸਿਟੀਜ਼ਨ ਤਾਂ ਹੈਗੇ ਆ ਜਿਹੜੇ ਫੋਰਨ ਸਿਟੀਜ਼ਨ ਸਟੂਡੈਂਟਸ ਆ ਉਹ ਵੀ ਉਸ ਦੇ ਮੈਂਬਰ ਨੇ ਜੀ ਫਿਰ ਆਪਾਂ ਜਿਹੜੇ ਬੱਚੇ ਮੈਂ ਤੁਹਾਨੂੰ ਦੱਸਿਆ ਕਈ ਬੱਚਿਆਂ ਨੂੰ ਇੰਟਰਸਟ ਸਟੱਡੀਜ਼ ਦੇ ਵਿੱਚ ਹੁੰਦਾ ਹੈ ਉਹਨਾਂ ਵਾਸਤੇ ਲਿਟਰੇਰੀ ਟੀਮ ਹੈਗੀ ਆ ਜਿਹਦੇ ਵਿੱਚ ਉਹ ਡਿਬੇਟ ਜਾਂ ਐਗਜ਼ੀਬਿਸ਼ਨ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਜੀ ਮਤਲਬ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਚੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰੋਗੇ ਸਰ ਸਾਡਾ ਕੰਮ ਪਲੇਟਫਾਰਮ ਪ੍ਰੋਵਾਈਡ ਕਰਨਾ ਹੈ ਜੀ ਕਿਉਂਕਿ ਜੇ ਸਟੂਡੈਂਟ ਨੂੰ ਆਪਾਂ ਆਪਣਾ ਪਲੇਟਫਾਰਮ ਪ੍ਰੋਵਾਈਡ ਕਰਾਂਗੇ ਤਾਂ ਹੀ ਉਹ ਟੈਲੈਂਟ ਬਾਹਰ ਆਏਗਾ ਬਿਲਕੁਲ ਜੀ ਬਿਲਕੁਲ ਸੋ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਸਿਟੀ ਇੰਸਟੀਟਿਊਟ ਜਿਹੜਾ ਸ਼ਾਹਪੁਰ ਕੈਂਪਸ ਦੇ ਵਿੱਚ ਵੱਧ ਤੋਂ ਵੱਧ ਜੁੜੋ ਕਿਉਂਕਿ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਪ੍ਰਮੋਸ਼ਨ ਮਿਲੇ ਪਲੇਟਫਾਰਮ ਮਿਲੇ ਸੋ ਦਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਅਤੇ ਬਹੁਤ ਅੱਛੀਆਂ ਸੇਵਾਵਾਂ ਦੇ ਰਹੇ ਨੇ ਸੋ ਦਵਿੰਦਰ ਜੀ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਟਾਈਮ 'ਤੇ ਬਹੁਤ ਕੁਛ ਐਕਟੀਵਿਟੀਜ਼ ਕੀਤੀਆਂ ਸੋ ਇਸ ਫੀਲਡ ਨੂੰ ਲੈ ਕੇ ਜਾਂ ਭੰਗੜੇ ਨੂੰ ਲੈ ਕੇ ਜਾਂ ਤੁਹਾਡੀਆਂ ਕੀ ਅਚੀਵਮੈਂਟਸ ਨੇ ਇਸ ਫੀਲਡ ਦੇ ਵਿੱਚ 2018 ਦੇ ਵਿੱਚ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਜੀ ਬੜਾ ਮੈਂ ਧੰਨਵਾਦ ਕਰਦਾ ਪਰਮਾਤਮਾ ਦਾ ਆਪਣੇ ਪਰਿਵਾਰ ਦਾ ਜਿਹਨਾਂ ਦੀ ਹਮੇਸ਼ਾ ਸਪੋਰਟ ਰਹੀ ਹੈ ਕਿ ਮੈਨੂੰ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਲੋਕ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜੀ ਬਹੁਤ ਵਧੀਆ ਬਿਲਕੁਲ ਅਤੇ ਇਹ 2018 ਦੇ ਵਿੱਚ ਇੱਕ ਇੱਥੇ ਹੀ ਉਹ ਔਰਗਨਾਈਜ਼ ਵੀ ਇੱਥੇ ਹੋਇਆ ਨੈਸ਼ਨਲ ਡਾਂਸ ਫੈਸਟੀਵਲ ਸੀਗਾ ਜੀ ਉੱਥੇ ਹੀ ਉਹਨਾਂ ਨੇ ਸਨਮਾਨਿਤ ਕੀਤਾ ਅਤੇ ਕਾਲਜ ਟਾਈਮ ਤੋਂ ਯੂਨੀਵਰਸਿਟੀ ਲੈਵਲ ਤੇ ਕੀਤਾ ਸਰ ਇੱਕ ਵਾਰ ਇੰਡੋ ਪਾਕ ਗੇਮਸ ਹੋਈਆਂ ਸਰ ਪਟਿਆਲੇ ਦੇ ਵਿੱਚ ਬੜੇ ਸਾਲਾਂ ਬਾਅਦ ਇਹ ਉਪਰਾਲਾ ਹੋਇਆ ਸੀਗਾ ਅਤੇ ਸਪੈਸ਼ਲੀ ਸਾਡੀ ਟੀਮ ਵਿਨਰ ਸੀਗੀ ਪੂਰੇ ਪੰਜਾਬ ਦੇ ਵਿੱਚ ਅਤੇ ਸਾਡੀ ਟੀਮ ਨੂੰ ਉੱਥੇ ਪਰਫੋਰਮ ਕਰਨ ਦਾ ਮੌਕਾ ਮਿਲਿਆ ਸੀਗਾ ਅਤੇ ਉਹ ਬਹੁਤ ਵਧੀਆ ਇੱਕ ਸਾਡਾ ਐਕਸਪੀਰੀਅੰਸ ਹੈ ਜੀ ਜੀ ਮਨ ਦੀ ਖੁਸ਼ੀ ਬਹੁਤ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਇੰਡੀਆ ਅਤੇ ਪਾਕਿਸਤਾਨ ਜਿਹੜਾ ਫੋਕ ਡਾਂਸ ਹੈ ਸਾਡਾ ਇਹ ਬੇਸਿਕਲੀ ਸਾਡੇ ਦੋਵੇਂ ਦੇਸ਼ਾਂ ਦਾ ਇੱਕ ਸਾਂਝਾ ਜਿਵੇਂ ਨਾਚ ਹੈ ਅਤੇ ਉਹ ਉੱਥੇ ਪਰਫੋਰਮ ਕਰਕੇ ਇੱਕ ਬਹੁਤ ਖੁਸ਼ੀ ਮਿਲੀ ਸੀ ਜੀ ਜੀ ਇਸ ਤੋਂ ਇਲਾਵਾ ਕੋਈ ਫੋਰਨ ਟ੍ਰਿਪ ਵਗੈਰਾ ਵੀ ਤੁਸੀਂ ਸਰ ਫੋਰਨ ਟ੍ਰਿਪਸ ਗਏ ਹਾਂ ਜੀ ਆਪਾਂ ਇੱਕ ਕੰਟਰੀ ਦੇ ਵਿੱਚ ਸਿੰਗਾਪੁਰ ਬੜੀ ਸਾਈਡ ਜੀ ਹੋ ਗਏ ਸੋ ਦਵਿੰਦਰ ਜੀ ਆਪਾਂ ਇੱਕ ਹੋਰ ਗੱਲ ਜਾਣਾਂਗੇ ਕਿ ਤੁਸੀਂ ਕਾਫੀ ਸਾਰਾ ਜਿੱਦਾਂ ਆਪਾਂ ਕਹਿ ਲਈਏ ਕੰਮ ਕਰ ਰਹੇ ਹੋ ਜੀ ਸੋ ਕਾਲਜ ਦੀ ਮੈਨੇਜਮੈਂਟ ਜਾਂ ਇੰਸਟੀਟਿਊਟ ਦੀ ਮੈਨੇਜਮੈਂਟ ਤੁਹਾਨੂੰ ਕਿੰਨਾ ਕੁ ਸਪੋਰਟ ਕਰਦੇ ਨੇ ਸਰ ਮੈਂ ਜਦੋਂ ਵੀ ਇਹ ਬੜਾ ਮੈਂ ਤੁਹਾਨੂੰ ਚਲੋ ਤੁਸੀਂ ਆਪਣੇ ਆਪ ਦੇ ਕੁਸ਼ਚਨ ਕਈ ਕੁਸ਼ਚਨ ਜਿੱਦਾਂ ਦੇ ਮੈਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜੀ ਮੈਂ ਕੋਈ ਵੀ ਪ੍ਰਪੋਜ਼ਲ ਲੈ ਕੇ ਜਾਂਦਾ ਸਾਡੇ ਮੈਨੇਜਿੰਗ ਡਾਇਰੈਕਟਰ ਮਿਸਟਰ ਮਨਵੀਰ ਸਿੰਘ ਨੇ ਅਤੇ ਵਾਈਸ ਚੇਅਰਮੈਨ ਮਿਸਟਰ ਹਰਪ੍ਰੀਤ ਸਿੰਘ ਮੈਂ ਇਹਨਾਂ ਕੋਲ ਕੋਈ ਵੀ ਪ੍ਰਪੋਜ਼ਲ ਲੈ ਕੇ ਜਾਂਦਾ ਹੈ ਕਿ ਆਪਾਂ ਆਹ ਇਵੈਂਟ ਕਰਾਉਣਾ ਚਾਹੁੰਦੇ ਹਾਂ ਉਹ ਵਿਦ ਇਨ ਸੈਕਿੰਡਸ ਕਹਿੰਦੇ ਨੇ ਯੈਸ ਕਿ ਤੁਸੀਂ ਕਰਵਾਓ ਉਹਨਾਂ ਦੀ ਫੁੱਲ ਸਪੋਰਟ ਰਹਿੰਦੀ ਆ ਚਾਹੇ ਉਹ ਫਾਈਨੈਂਸ਼ੀਅਲ ਸਪੋਰਟ ਹੋਵੇ ਚਾਹੇ ਸਾਨੂੰ ਆਡੀਟੋਰੀਅਮ ਦੀ ਲੋੜ ਹੈ ਹੋਰ ਵੀ ਕਿਸੇ ਵੀ ਤਰੀਕੇ ਦੀ ਲੋੜ ਹੈ ਉਹ ਵਿਦ ਇਨ ਸੈਕਿੰਡਸ ਤੁਹਾਨੂੰ ਯੈਸ ਕਰਦੇ ਨੇ ਵੀ ਤੁਸੀਂ ਜਸਟ ਸਟੂਡੈਂਟਸ ਲਈ ਜੇ ਕੋਈ ਵੀ ਚੰਗਾ ਕੰਮ ਆ ਉਹਨਾਂ ਦੀ ਸਪੋਰਟ ਸਪੋਰਟ ਹਮੇਸ਼ਾ ਰਹਿੰਦੀ ਬਹੁਤ ਬਹੁਤ ਵੱਡੀ ਗੱਲ ਹੈ ਜੀ ਇਹ ਚੀਜ਼ ਜੇ ਸਪੋਰਟ ਮਿਲੇ ਤਾਂ ਬੰਦਾ ਕੁਛ ਵੀ ਕਰ ਸਕਦਾ ਜੀ ਜੀ ਸਪੋਰਟ ਸਰ ਤੁਸੀਂ ਤੁਹਾਡੇ ਕੋਲ ਆਈਡੀਆਜ਼ ਹੋ ਸਕਦੇ ਆ ਜੀ ਬਿਲਕੁਲ ਤੁਸੀਂ ਆਈਡੀਆ ਇੱਕ ਜੇ ਤੁਹਾਡੇ ਕੋਲ ਕੋਈ ਆਈਡੀਆ ਹੈ ਤੁਸੀਂ ਜਾ ਕੇ ਜਸਟ ਆਪਣਾ ਆਈਡੀਆ ਸ਼ੇਅਰ ਕਰਦੇ ਹੋ ਜੀ ਅਤੇ ਜੇ ਉਸ ਨੂੰ ਸਪੋਰਟ ਮਿਲ ਜਾਏ ਤਾਂ ਉਹ ਤੁਹਾਨੂੰ ਇੱਕ ਹੰਗਾਰਾ ਮਿਲਦਾ ਹੈ ਤੁਹਾਨੂੰ ਇੱਕ ਆਪਣੇ ਆਪ ਹੀ ਹੁੰਦਾ ਹੈ ਕਿ ਮੈਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂ ਜੀ ਜੀ ਸਟੂਡੈਂਟ ਕਿੰਨਾ ਕੁ ਸਪੋਰਟ ਸਰ ਸਟੂਡੈਂਟਸ ਦੇ ਆਪਾਂ ਨੂੰ ਡਿਫਰੈਂਟ ਡਿਫਰੈਂਟ ਕਲੱਬਸ ਬਣਾਉਂਦੇ ਨੇ ਸਟੂਡੈਂਟਸ ਬਹੁਤ ਸਪੋਰਟ ਕਰਦੇ ਆ ਰਾਦਰ ਆਪਾਂ ਜੇ ਮੈਂ ਤੁਹਾਨੂੰ ਗੱਲ ਕਰਾਂ ਆਪਾਂ ਇਵੈਂਟਸ ਬਹੁਤ ਇਵੈਂਟਸ ਕਰਾਈਦੇ ਆ ਬਟ ਬੱਚੇ ਹੋਰ ਵੀ ਕਹਿੰਦੇ ਕਿ ਸਰ ਹੋਰ ਇਵੈਂਟਸ ਕਰਾਓ ਜੀ ਜੀ ਉਹਨਾਂ ਦਾ ਸ਼ੌਂਕ ਹਾਂਜੀ ਉਹ ਬਣ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਨਾ ਅਸਲ ਦੇ ਵਿੱਚ ਕੀ ਹੈ ਕਿ ਸਟੱਡੀ ਜਦੋਂ ਬੱਚਾ ਕਾਲਜ ਦੇ ਵਿੱਚ ਆ ਗਿਆ ਸਟੱਡੀ ਉਹਨੇ ਕਰਨੀ ਹੀ ਕਰਨੀ ਹੈ ਜੀ ਬਿਲਕੁਲ ਜਦੋਂ ਸਟੱਡੀ ਦੇ ਨਾਲ ਕੋਈ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਆਪਾਂ ਵਿਸਿਚ ਕਰਦੇ ਹਾਂ ਤੇ ਉਹ ਬੱਚੇ ਦੀ ਸਟੱਡੀ ਵੀ ਇੰਪਰੂਵ ਹੁੰਦੀ ਆਟੋਮੈਟਿਕਲੀ ਕਿਉਂਕਿ ਬੱਚਾ ਫਿਜ਼ੀਕਲੀ ਮੈਂਟਲੀ ਬੜਾ ਇੰਪਰੂਵ ਕਰਦਾ ਜੀ ਬਿਲਕੁਲ ਇੰਪਰੂਵਮੈਂਟ
ਸੋ ਦੇਖਿਆ ਜਾਵੇ ਤੇ ਕਾਲਜ ਦੀ ਮੈਨੇਜਮੈਂਟ ਵੀ ਤੁਹਾਨੂੰ ਸਪੋਰਟ ਕਰਦੇ ਜੀ ਜੀ ਬੱਚੇ ਵੀ ਸਪੋਰਟ ਕਰਦੇ ਨੇ ਸ਼ਾਹ ਜਿਹੜਾ ਬਿਲਕੁਲ ਬਣਿਆ ਰਹੇ ਡਬਲ ਹੋਇਆ ਬਣਿਆ ਜੀ ਜੀ ਸੋ ਇੱਕ ਸਵਾਲ ਮੈਂ ਸਾਰਿਆਂ ਨੂੰ ਪੁੱਛਦਾ ਕਿ ਲੋਕਡਾਊਨ ਕਿਵੇਂ ਦਾ ਨਿਕਲਿਆ ਸਰ ਲੋਕਡਾਊਨ ਤੁਸੀਂ ਕਹਿ ਦਿੰਦੇ ਕਿ ਬਲੈਸਿੰਗ ਡਿਸਗਾਈਜ਼ ਕਹਿ ਦਿੰਦੇ ਜਿੱਦਾਂ ਹੁੰਦੇ ਗੱਲ ਲੋਕਡਾਊਨ ਦੇ ਵਿੱਚ ਲਾਸਟ ਈਅਰ ਸਰ ਜਦੋਂ ਲੋਕਡਾਊਨ ਹੋਇਆ ਆ ਸਟਾਰਟਿੰਗ ਦੇ ਵਿੱਚ ਤੇ ਸਾਡੇ ਮਨ 'ਚ ਬੜੇ ਖਿਆਲ ਆਉਣ ਲੱਗੇ ਵੀ ਆਪਾਂ ਘਰੇ ਬਹਿ ਗਏ ਹਾਂ ਕੁਛ ਹੁਣ ਆਪਾਂ ਐਕਟੀਵਿਟੀਜ਼ ਨਾਲ ਜੁੜੇ ਹੋਏ ਸੀਗੇ ਅਤੇ ਹੁਣ ਸਾਡੇ ਮੇਰੇ ਵਾਰ ਵਾਰ ਮੈਨੂੰ ਹੋ ਰਿਹਾ ਸੀ ਕਿ ਹੁਣ ਕੀ ਕਰੀਏ ਜੀ ਜੀ ਅਤੇ ਔਨਲਾਈਨ ਸਟੱਡੀ ਸਟਾਰਟ ਹੋ ਗਈ ਜੀ ਬਿਲਕੁਲ ਔਨਲਾਈਨ ਸਟੱਡੀ ਸਟਾਰਟ ਹੋ ਗਈ ਅਤੇ ਫਿਰ ਮੈਂ ਸੋਚਿਆ ਵੀ ਜੇ ਔਨਲਾਈਨ ਸਟੱਡੀ ਹੋ ਸਕਦੀ ਹੈ ਅਤੇ ਔਨਲਾਈਨ ਈਵੈਂਟਸ ਕਿਉਂ ਨਹੀਂ ਹੋ ਸਕਦੇ ਬਿਲਕੁਲ ਅਤੇ ਫਿਰ ਔਨਲਾਈਨ ਈਵੈਂਟਸ ਜਦੋਂ ਫਿਰ ਸਭ ਤੋਂ ਪਹਿਲੇ ਆਪਾਂ ਭੰਗੜੇ ਦਾ ਹੀ ਕਰਾਇਆ ਸੀ ਲਾਸਟ ਈਅਰ ਜਿਹਦਾ ਇਸ ਵਾਰ ਸੀਜ਼ਨ 2 ਆ ਅਤੇ ਉਹਦੇ ਬਾਅਦ ਆਪਾਂ ਮਾਡਲਿੰਗ ਦਾ ਕਰਾਇਆ ਔਨਲਾਈਨ ਮਾਡਲਿੰਗ ਫਿਰ ਸਿੰਗਿੰਗ ਕਰਵਾਈ ਫਿਰ ਈਵਨ ਕਿ ਆਪਾਂ ਔਨਲਾਈਨ ਅਲੂਮਨਾਈ ਮੀਟ ਕਰਾਤੀ ਸੀ ਜੀ ਜੀ ਇਹਦੇ ਵਿੱਚ ਜਿੰਨਾ ਵੀ ਪੁਰਾਣਾ ਸਟੂਡੈਂਟ ਆ ਉਹ ਸਾਰੇ ਜੁੜੇ ਸਕਦੇ ਆ ਔਨਲਾਈਨ ਅਤੇ ਮੈਂ ਤਾਂ ਕਹੂੰਗਾ ਕਿ ਉਹ ਜਿਹੜੇ ਔਨਲਾਈਨ ਈਵੈਂਟਸ ਹੋਏ ਆ ਲੋਕਡਾਊਨ ਸਾਡਾ ਵਧੀਆ ਗਿਆ ਵਧੀਆ ਨਹੀਂ ਹਾਂਜੀ ਸਾਡੇ ਨਾਲ ਕਈ ਇੱਦਾਂ ਦੇ ਬੰਦੇ ਜੁੜ ਗਏ ਜਿਨ੍ਹਾਂ ਨਾਲ ਸਾਡੀ ਕਈ ਸਾਲਾਂ ਤੋਂ ਗੱਲ ਹੀ ਨਹੀਂ ਹੋ ਰਹੀ ਸੀ ਮੇਰੇ ਆਪਣੇ ਸਟੂਡੈਂਟਸ ਜਿਨ੍ਹਾਂ ਨਾਲ ਕਈ ਕਈ ਜਿਹੜੇ ਪਾਸ ਆਊਟ ਹੁੰਦੇ ਕੋਈ 2015 2014 ਦੇ ਵਿੱਚ ਪਾਸ ਆਊਟ ਹੋ ਗਏ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਇੱਕ ਚਲੋ ਇੱਕ ਇਹ ਜਿਹੜੇ ਇਸ ਟਾਈਮ ਇੱਕ ਪੈਂਡੇਮਿਕ ਦਾ ਟਾਈਮ ਹੈਗਾ ਆ ਪਰ ਉਹਨੂੰ ਆਪਾਂ ਨਾਲ ਰਲ ਕੇ ਕੁਛ ਨਾ ਕੁਛ ਪੋਜ਼ਿਟਿਵ ਕਰਕੇ ਉਸ ਚੀਜ਼ ਤੋਂ ਉੱਭਰ ਸਕਦਾ ਹੈ ਅਤੇ ਪਰਮਾਤਮਾ ਦੀ ਮਿਹਰ ਰਹੀ ਤਾਂ ਆਪਾਂ ਜਲਦੀ ਹੀ ਇਸ ਚੀਜ਼ ਤੋਂ ਬਾਹਰ ਨਿਕਲਾਂਗੇ ਜਿਹੜੇ ਔਨਲਾਈਨ ਇਵੈਂਟ ਦਵਿੰਦਰ ਜੀ ਤੁਸੀਂ ਕਰਾਉਂਦੇ ਹੋ ਉਹਦੇ ਵਿੱਚ ਕੋਈ ਵੀ ਪਾਰਟੀਸਪੇਟ ਕਰ ਸਰ ਹਾਂਜੀ ਇਹ ਲਾਸਟ ਈਅਰ ਤੋਂ ਸਟਾਰਟ ਕੀਤਾ ਇਹ ਆਪਾਂ ਸਪੈਸ਼ਲ ਲਿਖੀ ਦਾ ਜਿਹੜਾ ਕ੍ਰੀਏਟਿਵ ਬਣਾਈ ਦਾ ਕਿ ਇਟ ਇਜ਼ ਓਪਨ ਫੋਰ ਆਲ ਸੋ ਦੈਟ ਕਿ ਇਕੱਲੇ ਸਾਡੇ ਸਟੂਡੈਂਟਸ ਨਹੀਂ ਕਿਉਂਕਿ ਫਿਜ਼ੀਕਲ ਈਵੈਂਟਸ ਵਾਸਤੇ ਸਾਨੂੰ ਤੁਹਾਨੂੰ ਕਿਤੇ ਨਾ ਕਿਤੇ ਆਉਣਾ ਪੈਂਦਾ ਹੈ ਫੋਰ ਐਗਜ਼ਾਮਪਲ ਮੈਂ ਜੇ ਇੱਥੇ ਸ਼ਾਹਪੁਰ ਕੈਂਪਸ ਕਰਾ ਰਿਹਾ ਜੇ ਚੰਡੀਗੜ੍ਹ ਦਾ ਸਟੂਡੈਂਟ ਆ ਉਹਦੇ ਲਈ ਟਰੈਵਲਿੰਗ ਕਈ ਕੁਛ ਹੋ ਜਾਂਦਾ ਬਟ ਔਨਲਾਈਨ ਈਵੈਂਟ ਦੇ ਵਿੱਚ ਤੇ ਆਲ ਓਵਰ ਦਾ ਵਰਲਡ ਕੋਈ ਵੀ ਪਾਰਟਿਸਪੇਟ ਕਰ ਸਕਦਾ ਜੀ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਹੀ ਆਪਾਂ ਇਨਵਾਈਟ ਕਰੀਦਾ ਜੀ ਸੋ ਦੋਸਤੋ ਇਹਨਾਂ ਦੇ ਔਨਲਾਈਨ ਜਿਹੜੇ ਵੀ ਇਵੈਂਟ ਨੇ ਉਹਨਾਂ ਵਿੱਚ ਪਾਰਟੀਸਪੇਟ ਕਰਨ ਵਾਸਤੇ ਤੁਹਾਨੂੰ ਬਹੁਤ ਜਲਦੀ ਟਰੂ ਪ੍ਰਮੋਸ਼ਨ ਦੇ ਪੇਜ ਦੇ ਉੱਤੇ ਅਤੇ ਸਿਟੀ ਇੰਸਟੀਟਿਊਟ ਦੇ ਪੇਜ ਦੇ ਉੱਤੇ ਲਿੰਕ ਦਿੱਤੇ ਜਾਣਗੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਸੋ ਲਾਸਟ ਤੇ ਅੱਜ ਦਾ ਜੋ ਯੂਥ ਹੈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦਵਿੰਦਰ ਜੀ ਸਰ ਮੇਰੇ ਵੱਲੋਂ ਤਾਂ ਇੱਕ ਹੀ ਮੈਸੇਜ ਹੈ ਕਿਉਂਕਿ ਮੈਂ ਆਪਣੇ ਫੀਲਡ ਦੀ ਹੀ ਗੱਲ ਕਰੂੰਗਾ ਜੀ ਕਿ ਤੁਸੀਂ ਕੋਈ ਵੀ ਕੰਮ ਜਿਹੜਾ ਆ ਜੇ ਡਿਸਿਪਲਿਨ ਅਤੇ ਹਾਰਡ ਵਰਕ ਜੇ ਤੁਹਾਡੀ ਲਾਈਫ ਦੇ ਵਿੱਚ ਹੈਗਾ ਆ ਤਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਹਮੇਸ਼ਾ ਸਕਸੈਸ ਤੁਹਾਨੂੰ ਮਿਲੂਗੀ ਮਿਲੂਗੀ ਕਈ ਵਾਰ ਇੱਦਾਂ ਹੁੰਦਾ ਕਿ ਤੁਹਾਨੂੰ ਥੋੜ੍ਹਾ ਟਾਈਮ ਲੱਗ ਜਾਂਦਾ ਹੈ ਜੀ ਬਟ ਜਿਹੜਾ ਉਹ ਪਰਮਾਤਮਾ ਹੈ ਨਾ ਉਹਨੇ ਤੁਹਾਡੇ ਲਈ ਕੁਛ ਨਾ ਕੁਛ ਸੋਚਿਆ ਜ਼ਰੂਰ ਹੁੰਦਾ ਹੈ ਵਧੀਆ ਸੋਚਿਆ ਹੈ ਬਿਲਕੁਲ ਅਤੇ ਉਹਤੇ ਯਕੀਨ ਰੱਖਣਾ ਚਾਹੀਦਾ ਜੇ ਤੁਹਾਡਾ ਯਕੀਨ ਹੈਗਾ ਹੈ ਪਰਮਾਤਮਾ 'ਤੇ ਆਪਣੀ ਲਾਈਫ ਦੇ ਵਿੱਚ ਡਿਸਿਪਲਿਨ ਅਤੇ ਹਾਰਡ ਵਰਕ ਰੱਖੋ ਤੁਹਾਨੂੰ ਸਕਸੈਸ ਮਿਲੂਗੀ ਹੀ ਬਹੁਤ ਬਹੁਤ ਅੱਛੇ ਵਿਚਾਰ ਸੋ ਦਵਿੰਦਰ ਜੀ ਲਾਸਟ ਮੈਂ ਇਹ ਵੀ ਤੁਹਾਨੂੰ ਸਵਾਲ ਕਰਨਾ ਚਾਹੂੰਗਾ ਜਾਂ ਇੱਕ ਮੈਸੇਜ ਵੀ ਲੈਣਾ ਚਾਹੂੰਗਾ ਤੁਹਾਡੇ ਕੋਲ ਕਿ ਅੱਜ ਦੇ ਜਿਹੜੇ ਯੂਥ ਬੱਚੇ ਨੇ ਪਲੱਸ ਟੂ ਪਾਸ ਆਊਟ ਕਰਕੇ ਤੁਸੀਂ ਉਹਨਾਂ ਨੂੰ ਮੈਸੇਜ ਇੱਕ ਦਿਓ ਕਿ ਉਹ ਸਿਟੀ ਇੰਸਟੀਟਿਊਟ ਦੇ ਵਿੱਚ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਵਾਸਤੇ ਕਿਉਂ ਆਉਣ ਸਰ ਇਹਦੇ ਵਿੱਚ ਮੈਂ ਤੁਹਾਨੂੰ ਚਲੋ ਦੱਸਦਾ ਜਿਹੜਾ ਬੱਚਾ ਪਲੱਸ ਟੂ ਕਰ ਰਿਹਾ ਹੈ ਈਵਨ 10th ਵੀ ਕਰ ਰਿਹਾ ਹੈ ਕਿਸੇ ਵੀ ਫੀਲਡ 'ਚ ਕਰ ਰਿਹਾ ਸਾਡੇ ਕੋਲ ਜਿਵੇਂ ਕੱਲੇ ਸ਼ਾਹਪੁਰ ਕੈਂਪਸ ਦੀ ਗੱਲ ਕਰਦਾ ਵੈਸੇ ਸਾਡੇ ਇੱਥੇ ਸਿਟੀ ਯੂਨੀਵਰਸਿਟੀ ਸਾਡੀ ਕੈਂਪਸ ਲੁਧਿਆਣੇ ਕੋਲੇ ਜੀ ਮਕਸੂਦਾ ਦੇ ਵਿੱਚ ਕੈਂਪਸ ਹੈ ਦੋ ਸਕੂਲਸ ਵੀ ਹੈਗੇ ਸਿਟੀ ਦੇ ਜੀ ਅਤੇ ਜੇ ਕੋਈ ਪਲੱਸ ਟੂ ਜਿੱਦਾਂ ਤੁਸੀਂ ਕੁਸ਼ਚਨ ਪਲੱਸ ਟੂ ਦਾ ਕੀਤਾ ਸਾਡੇ ਕੋਲ ਇੱਥੇ ਇੰਜੀਨੀਅਰਿੰਗ ਆ ਜੀ ਫਾਰਮੇਸੀ ਆ ਫਿਰ ਸਾਡੇ ਕੋਲ ਹੋਟਲ ਮੈਨੇਜਮੈਂਟ ਆ ਫਿਰ ਸਾਡੇ ਕੋਲ ਹੋਰ ਹਾਇਰ ਸਟੱਡੀਜ਼ ਹੈਗੀਆਂ ਸਾਡੇ ਕੋਲ ਬਾਕੀ ਹੋਰ ਵੀ ਕਈ ਕੋਰਸਿਸ ਹੈਗੇ ਆਰਕੀਟੈਕਚਰ ਹੈ ਸਾਡੇ ਕੋਲ ਅਤੇ ਇੱਥੇ ਜੇ ਆਪਾਂ ਸਟੱਡੀ ਕਰਾਉਂਦੇ ਹਾਂ ਸਟੱਡੀ ਹਰ ਕੋਈ ਕਾਲਜ ਕਰਾ ਰਿਹਾ ਆਪਾਂ ਵੀ ਕਰਾਉਂਦੇ ਹਾਂ ਅਤੇ ਹਰ ਕੋਈ ਵਧੀਆ ਕਰਾ ਰਿਹਾ ਆਪਾਂ ਵੀ ਕੋਸ਼ਿਸ਼ ਕਰੀਏ ਕਿ ਵਧੀਆ ਅਤੇ ਬਹੁਤ ਵਧੀਆ ਅਕੈਡਮਿਕਸ ਦੇ ਵਿੱਚ ਬਹੁਤ ਵਧੀਆ ਬਾਕੀ ਅਕੈਡਮਿਕਸ ਦੇ ਨਾਲ ਨਾਲ ਸਾਡੇ ਕੋਲ ਹੋਰ ਪਲੈਟਫਾਰਮ ਜਿੱਦਾਂ ਮੈਂ ਤੁਹਾਨੂੰ ਦੱਸਿਆ ਆਪਾਂ ਦੇ ਰਹੇ ਹਾਂ ਅਤੇ ਓਵਰਆਲ ਜਿਹੜੀ ਆਪਾਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਆ ਬੱਚੇ ਸਟੱਡੀਜ਼ ਦੇ ਨਾਲ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਆ ਪਲੇਸਮੈਂਟਸ ਆ ਅਤੇ ਉਹ ਸਾਰਾ ਕੁਛ ਜੇ ਕਰਨਾ ਚਾਹੁੰਦਾ ਹੈ ਬੱਚਾ ਅੱਗੇ ਵਧਣਾ ਚਾਹੁੰਦਾ ਹੈ ਜੀ ਅਤੇ ਸਿਟੀ ਇੰਸਟੀਟਿਊਟ ਦੇ ਵਿੱਚ ਮੋਸਟ ਵੈਲਕਮ ਹੈ ਜੀ ਸੋ ਤੁਸੀਂ ਦਵਿੰਦਰ ਸਿੰਘ ਜੀ ਹੁਣਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਅਤੇ ਵੱਧ ਤੋਂ ਵੱਧ ਇਸ ਚੀਜ਼ ਨੂੰ ਜਾਂ ਕਿਸੇ ਵੀ ਐਕਟੀਵਿਟੀ ਦੇ ਵਿੱਚ ਆਪਣਾ ਪਾਰਟੀਸਪੇਟ ਕਰਕੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੋ ਸੋ ਸਾਡੇ ਯੂਟਿਊਬ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਸੀਂ ਟੂ ਪ੍ਰਮੋਸ਼ਨ ਦਾ ਅਤੇ ਹਰਮੀਤ ਭਾਈ ਤੁਹਾਡਾ ਕਿ ਤੁਸੀਂ ਮੌਕਾ ਦਿੱਤਾ ਸਾਰਿਆਂ ਨਾਲ ਰੂਬਰੂ ਹੋਣ ਦਾ ਸਰ ਯੂਟਿਊਬ ਚੈਨਲ ਜਿਹੜਾ ਤੁਸੀਂ ਟੂ ਪ੍ਰਮੋਸ਼ਨ ਸਟਾਰਟ ਕੀਤਾ ਅੱਜ ਦਾ ਟਾਈਮ ਜਿਹੜਾ ਆ ਜੀ ਉਹ ਡਿਜੀਟਲ ਵਰਲਡ ਦਾ ਆ ਜੀ ਬਿਲਕੁਲ ਅਤੇ ਜਿੱਦਾਂ ਮੇਰੀ ਤੁਹਾਡੇ ਨਾਲ ਪਹਿਲੇ ਵੀ ਗੱਲ ਹੋਈ ਸੀ ਕਿ ਤੁਸੀਂ ਹੁਣ ਅੱਗੇ ਉਹ ਵਾਲੇ ਕੰਮ ਕਰ ਰਹੇ ਹੋ ਵੀ ਤੁਸੀਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਆ ਜਿਨ੍ਹਾਂ ਵਿੱਚ ਕੋਈ ਟੈਲੈਂਟ ਹੈ ਜੀ ਬਿਲਕੁਲ ਅਤੇ
ਤੁਹਾਡਾ ਤੇ ਕੰਮ ਸਾਡਾ ਸੇਮ ਹੀ ਹੋ ਗਿਆ ਜੀ ਕਿ ਆਪਾਂ ਇੱਕ ਪਲੈਟਫਾਰਮ ਪ੍ਰੋਵਾਈਡ ਕਰ ਰਹੇ ਹਾਂ ਸੋ ਦੈਟ ਕਿ ਟੈਲੈਂਟ ਬਾਹਰ ਆਵੇ ਲੋਕਾਂ ਤੱਕ ਪਹੁੰਚੇ ਜੀ ਜੀ ਹਰ ਇੱਕ ਅਲੱਗ ਪਛਾਣ ਹਾਂਜੀ ਅਤੇ ਬਿਲਕੁਲ ਇਹ ਕਿਉਂਕਿ ਚੈਨਲਸ ਬਹੁਤ ਨੇ ਸਰ ਜੀ ਬਟ ਹਰ ਕੋਈ ਚੈਨਲ ਕੋਈ ਪੇਡ ਹੈ ਸਰ ਜੀ ਕਿਤੇ ਕੋਈ ਨਾ ਕੋਈ ਕੰਡੀਸ਼ਨਸ ਹੁੰਦੀਆਂ ਪਰ ਜਦੋਂ ਤੁਹਾਡੇ ਨਾਲ ਗੱਲ ਕਰਕੇ ਪਤਾ ਲੱਗਿਆ ਵੀ ਕਮਿਸ਼ਨ ਕੋਈ ਨਹੀਂ ਜੀ ਜੀ ਤੁਸੀਂ ਤਾਂ ਸਿਰਫ ਇੱਕ ਟੈਲੈਂਟ ਨੂੰ ਪ੍ਰਮੋਟ ਕਰ ਰਹੇ ਹਾਂ ਚਾਹੇ ਵਰਲਡ ਵਾਈਡ ਕਿਤੇ ਵੀ ਹੋਵੇ ਅਤੇ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਅਤੇ ਥਰੂ ਪ੍ਰਮੋਸ਼ਨ ਚੈਨਲ ਦੇ ਨਾਲ ਔਲਵੇਜ਼ ਹੈ ਜੀ ਥੈਂਕ ਯੂ ਸੋ ਦੋਸਤੋ ਇਹ ਸੀ ਡੀਨ ਸਟੂਡੈਂਟ ਅਫੇਅਰ ਸਿਟੀ ਇੰਸਟੀਟਿਊਟ ਸ਼ਾਹਪੁਰ ਦੇ ਮਿਸਟਰ ਦਵਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਅੱਜ ਤੁਹਾਨੂੰ ਤੁਹਾਡੇ ਨਾਲ ਰੂਬਰੂ ਕਰਵਾਇਆ ਅਤੇ ਇਹਨਾਂ ਨੇ ਆਪਣੇ ਲਾਈਫ ਦੇ ਕੁਛ ਐਸੇ ਐਕਸਪੀਰੀਅੰਸਿਸ ਦੱਸੇ ਨੇ ਜਿਨ੍ਹਾਂ ਦੇ ਨਾਲ ਅਸੀਂ ਵੀ ਆਪਣੀ ਲਾਈਫ 'ਚ ਕੁਛ ਚੇਂਜਸ ਲਿਆ ਸਕਦੇ ਹਾਂ ਸੋ ਆਉਣ ਵਾਲੇ ਟਾਈਮ 'ਚ ਇੱਦਾਂ ਹੀ ਵਧੀਆ ਤੋਂ ਵਧੀਆ ਗੈਸਟ ਨੂੰ ਆਪਾਂ ਲੈ ਕੇ ਆਉਂਦੇ ਰਹਾਂਗੇ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਥੈਂਕ ਯੂ ਵੈਰੀ ਮਚ ਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ